क्या सरपंच जी तेन बहुत ज्यादा नींद आई ही फिर सुती ही मैं तो उठ गई नींद के बल्ले कहंदे मम्मी भी नहीं आ गई घर मेनू नहीं पता मेनू विक्की फोन लाउन डे सी पहला शरर ता करके लाउन डे सी मैं कवन ते नहीं जाके खा लिया ताई ने फिर मेनू फोन लाउन डे ते मैं अम्मा जी ना गल्ला करी जान दी सी मेरे दिन आए ना ना सका जाने सब्जी कर दी बड़े बड़े वे है सब्जियां पहल दी हर तरह जो जो मम्मी ने काम किया साफ हो के पानी वांगू हर एक जाने दे नाल जिहड़ा जे हन किसे ने वोट नहीं पाई तां वी ठीक है जे पाई है तां वी मैं कोई किसे ते चढ़ाई नहीं हां सिद्धे ते ए पिंड दा नाम ते अग्गे बड़ा बन चुका कि सारे वर्ल्ड दे विच पता ही है सारेयां नूं ते हुण जेहड़ा भी भैण भरा इस पिंड दे विच आया करूगा ओनू भी पता लग्या करूगा कि वाकया ए जेहड़ा पिंड इक चमकदा सितारा है सही गल आ ते जे ओथे गए ना ओ थोड़े अफसर दा ही वीडियो वेंदे आड़ी ओ हां आओ ठीक है पूरा मान तान दे नाल पूरा वीडियो ऐने एक वारी पता लग जाना चाहिदा असल च साडा पिंड बहुत छोटा ते छोटा जिहा पिंड होण करके ना एक वारी ऐ हरिया भरिया साफ सुथरा हो जाए सुंदर ग्राम बना देना पिंड इदां दा बन जूगा कि जेड़ा भी इधरों ही एक वारी लंघिया करूगा ना वेख के जाया करूगा कि वाकया पिंड याद करया करूगा कि वाकया पिंड वा बस महाराज करे कि ताडियां ये चीजां पूरियां होण अपने वालों पूरी कोशिश है बाकी हुण काम दे होणे आ पैसे नाल है ना जो सरकार दऊगी जिद्दां मिलिया करू एज़ इट इज़ ओदां ही लाया करांगे अगे ठीक है नहीं चलो महाराज ने करना भी वधिया साथ विच देणा चलो आपां अपना काम करांदे सी किन्ना भैण भरावां ने साथ दित्ता प्यार दित्ता एदां ही हुण पिंड विच फ्री माइंड अपना काम करदे जाणा सी वीडियो दा फ्री माइंड काम करदे जाणा है ना सही गल आ हां जी ਤਾਨੂੰ ਕੀ ਤਰੀ ਫੀਲਿੰਗ ਆਉਂਦੀ ਤੁਸੀਂ ਇਹ ਦੱਸੋ ਹੁਣ ਫੀਲਿੰਗ ਬਹੁਤ ਅਗੜੀ ਆਉਂਦੀ ਆ ਕਿ ਜੀ ਸੱਸ ਸਰਪੰਚ ਨਹੀਂ ਬਣ ਜੇ ਮਾੜੀ ਮੋਟੀ ਗੱਲ ਆ ਸਹੀ ਗੱਲ ਆ ਹੁਣ ਕਹੋ ਮੈਂ ਟੋਰ ਨਾ ਕਹਿ ਸਕਦਾ ਕਿ ਮੇਰਾ ਕੰਮ ਹੋਣਾ ਚਾਹੀਦਾ ਸੱਸ ਪ੍ਰਧਾਨ ਦੇ ਕੋ ਗਿਆ ਗਿਆ ਜੀ ਵੀ ਕਿਉਂ ਇੱਕ ਵੀਡੀਓ ਬਣਾ ਦਿਆ ਸੱਸ ਸਰਪੰਚ ਨਹੀਂ ਸਰਪੰਚ ਨਹੀਂ ਬਣਾਵਾਂਗੇ ਹੈ ਭਾਬੀ ਜੀ ਅੱਗੇ ਸੱਸ ਪ੍ਰਧਾਨ ਵੀਡੀਓ ਬਣਾਈ ਹੈ ਨਾ ਹੁਣ ਵੀਡੀਓ ਬਣਾ ਰਹੀ ਹੈ ਸੱਸ ਸਰਪੰਚ ਨਹੀਂ ਸਹੀ ਗੱਲ ਆ ਨਾ हर एक चीज दस दो फिर सारे भैन भरावां नूं पता तो लग ही गया वा वैसे भी दसना कि सस प्रधान हुण पंच प्रधान बन गई आ ਅਹੀਂ ਤਾਂ ਡਾਕਟਰ ਦੱਸਣ ਨਹੀਂ ਰਹੇ ਵੀ ਤੁਸੀਂ ਸਾਰਿਆਂ ਨੇ ਸਾਡੇ ਦਿਵਾਲੇ ਹੋਣਾ ਕਿ ਇਹ ਤੇ ਬਿਜੀ ਹੋ ਗਏ ਹੋਰ ਕੰਮਾਂ 'ਚ ਵੀਡੀਓ ਨਹੀਂ ਬਣਾਉਂਦੇ ਤੇ ਅਹੀਂ ਕਿਹਾ ਚੱਲ ਕੋਈ ਨਹੀਂ ਪਰ ਪਤਾ ਤੇ ਲੱਗ ਹੀ ਗਿਆ ਸਾਰਿਆਂ ਨੂੰ ਤੇ ਅਹੀਂ ਕਿਹਾ ਚਲੋ ਫਿਰ ਹੁਣ ਇੱਕ ਵਾਰੀ ਵਲੌਗ ਬਣਾ ਕੇ ਦੱਸ ਦਿੰਦੇ ਹਾਂ ਕਮੈਂਟ ਬੜੇ ਆਉਂਦੇ ਸੀ ਕਿ ਸਾਨੂੰ ਚੰਗੀ ਤਰ੍ਹਾਂ ਦੱਸੋ ਵੀ ਕਿ ਜਾਂ ਸੱਚੀ ਆ ਕਿ ਜਾਂ ਕੀ ਆ ਕਿ ਸਾਨੂੰ ਤਾਂ ਸਹੀ ਪਤਾ ਸਮਝ ਜੀ ਨਹੀਂ ਲੱਗਣ ਦੀ ਹੈਗੀ ਅਸੀਂ ਕਿਹਾ ਚਲੋ ਦੱਸ ਹੀ ਦਿੰਦੇ ਹਾਂ ਕਿ ਚਲੋ ਪਿੰਡ ਦੇ ਸਾਥ ਨਾਲ ਤੇ ਘਰ ਦੇ ਸਾਰਿਆਂ ਦੇ ਸਾਥ ਨਾਲ ਤੇ ਮੰਮੀ ਜੀ ਬਣ ਗਏ ਨੇ ਸਰਪੰਚ खास करके पिंड मुंडिया मुंडिया नूं ज्यादा अगे रखिया वा जिन्ना काम कीता सारे मुंडिया मुंडिया ने कीता वा नौजवान वर्ग दे हाथ चके सारे जणिआं दा मतलब सास दे नाल ही हुण काम होऊगा ते साडी सोच भी इहो ही आ कि जे अहीं अपना घर डहे आ सोहणा बणाउण ते साडा पिंड भी उन्ना ही सोहणा होवे
ਤੇ ਚਲੋ ਹੁਣ ਉਹ ਤਾਂ ਕੱਲ ਨੂੰ ਪਤਾ ਲੱਗੂਗਾ ਵੀ ਗਾਂ ਕੀ ਬਣਦਾ ਕੀ ਨਹੀਂ ਬਣਦਾ ਹਨਾ ਸਰਕਾਰ ਕੀ ਦਿੰਦੀ ਆ ਕੀ ਨਹੀਂ ਦਿੰਦੀ ਸਰਕਾਰ ਦੇ ਪੈਸੇ ਨਾਲ ਬਣਨਾ ਪਰ ਇਹ ਵੀ ਸਾਡੀ ਆਪਣੀ ਸੋਚਣੀ ਇਹ ਆ ਵੀ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ ਵਧੀਆ ਤੋਂ ਵਧੀਆ ਕਰ ਸਕੀਏ ਕਿਸੇ ਤਰ੍ਹਾਂ ਦੀ ਕੋਈ ਜਿੱਦਬਾਜ਼ੀ ਕੋਈ ਹੀਣ ਭਾਵਨਾ ਜਿਹੜੀ ਉਹ ਮਨ ਵਿੱਚ ਨਾ ਰੱਖੀਏ ਤੇ ਜਿਹੜੇ ਜਿਹੜੇ ਵੀ ਸਾਨੂੰ ਭੈਣ ਭਰਾ ਮਿਲਣ ਆਉਣ ਉਹ ਆਣ ਕੇ ਵੇਖਣ ਕਿ ਬਈ ਵਾਕਿਆ ਹੀ ਪਿੰਡ ਨੂੰ ਬਣਾਇਆ ਗਿਆ ਵਾ ਤੇ ਦੂਸਰਾ ਇਹ ਆ ਕਿ ਜਿਉਂ ਜਿਉਂ ਕੰਮ ਕਰਾਂਗੇ ਅਸੀਂ ਤੇ ਉਹ ਤੋਂ ਨਾਲ ਨਾਲ ਕੰਮ ਤੋਂ ਪਹਿਲਾਂ ਦੀ ਅਤੇ ਕੰਮ ਹੋਣ ਤੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਵੀਡੀਓ ਪਾਇਆ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਹੜੇ ਕਿਹੜੇ ਕੰਮ ਕਰਨੇ ਆ ਸਾਰੇ ਅਸੀਂ ਇਕੱਲੀ ਇਕੱਲੀ ਚੀਜ਼ ਜਿਹੜੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਸ਼ੋਅ ਕਰਾਂਗੇ ਬਾਕੀ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਵਧਾਈਆਂ ਦਿੰਦੇ ਸੀ ਯੂਟਿਊਬ ਫੈਮਿਲੀ ਨੂੰ ਵੀ ਸਾਡੇ ਨਾਲ ਵੱਧ ਤੋਂ ਜ਼ਿਆਦਾ ਨਾ ਯੂਟਿਊਬ ਫੈਮਿਲੀ ਨੂੰ ਆ ਕਿ ਚਲੋ ਖਲੋਤੇ ਸੀ ਅਤੇ ਚਲੋ ਬਣ ਜਾਣ ਕਿ ਕਈ ਵਾਰੀ ਹੁੰਦੇ ਗਿਆ ਹਾਰ ਜਿੱਤ ਤਾਂ ਚਲੋ ਬਣੀ ਆ ਉਹ ਤਾਂ ਇੱਕ ਜਾਣੇ ਨੇ ਜਿੱਤਣਾ ਅਤੇ ਇੱਕ ਜਾਣੇ ਨੇ ਹਾਰਨਾ ਹੁੰਦਾ ਹੀ ਹੁੰਦਾ ਹੈ ਨਾ ਸਾਰਿਆਂ ਨੂੰ ਇਹ ਸੀ ਕਿ ਚੱਲ ਜਿੱਤ ਜਾਣ ਜਿੱਤ ਪੱਕੀ ਹੋ ਗਈ ਇੱਦਾਂ ਸਾਰੇ ਬੜੀਆਂ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਪਰਮਾਤਮਾ ਦੇ ਗੱਲ ਕਾਹਦੇ ਵਧੀਆ ਕਰਤਾ ਜੋ ਹਾਂਜੀ ਹਾਂਜੀ ਸੰਧਿਆ ਬਾਬੇ ਨੂੰ ਦੁੱਧ ਪਾਇਆ ਸੰਧਿਆ ਪੂਰੀ ਮੈਂ ਬਹੁਤ ਖੁਸ਼ ਵਾਂ ਸਾਰੇ ਸਾਡੇ ਪਿੰਡ ਦੇ ਨੇ ਸਾਥ ਦਿੱਤਾ ਘਰਦਿਆਂ ਨੇ ਬਾਹਰਦਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਵਾ ਮੇਰੀ ਧੀ ਨੂੰ ਸਰਪੰਚ ਬਣਾ ਦਿੱਤਾ ਵਾ ਮੈਂ ਬੜੀ ਖੁਸ਼ ਵਾਂ ਮਹਾਰਾਜ ਹੁਣ ਇੱਦਾਂ ਹੀ ਰੱਖੇ ਅਤੇ ਜੋ ਵੀ ਕਿਸੇ ਦੀ ਆਸ਼ਾ ਹੋਏਗੀ ਸਭਨ ਦੀ ਪੂਰੀ ਹੋਏਗੀ ਚਲੋ ਜੀ ਸਰਪੰਚ ਨਹੀਂ ਸਾਹਿਬ ਸੁਣ ਲਓ ਸਾਰਿਆਂ ਦੀਆਂ ਆਸਾਂ ਪੂਰੀਆਂ ਨਹੀਂ ਚਾਹੀਦੀਆਂ ਸਾਡੀ ਮਾਤਾ ਆ ਠੀਕ ਆ ਅਜੇ ਜਿੰਨਾ ਚਿਰ ਵੱਡੇ ਇਹ ਸਰਪੰਚ ਨਹੀਂ ਡੈਡੀ ਸਾਡਾ ਸਾਰਾ ਪਿੰਡ ਵਾ ਮੈਂ ਪਹਿਲੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਚਲੋ ਜੇ ਬਣਾਂਗੇ ਤੇ ਅਸੀਂ ਨਹੀਂ ਹੋਵਾਂਗੇ ਸਰਪੰਚ ਸਰਪੰਚ ਹੋਏਗਾ ਸਾਰਾ ਪਿੰਡ ਹਾਂਜੀ ਸਾਰੇ ਪਿੰਡ ਦੇ ਵਿੱਚ ਜੋ ਵੀ ਜਿਹੜੇ ਕੰਮ ਸਾਰੇ ਹੋਣਗੇ ਨਹੀਂ ਸਾਰਿਆਂ ਦੀ ਸਲਾਹ ਦੇ ਨਾਲ ਹਾਂ ਮੇਰਾ ਮਨ ਹੋਰ ਸਾਹਿਬ ਦਾ ਦੂਜੇ ਦਾ ਮਨ ਹੋਰ ਸਾਹਿਬ ਦਾ ਹੁਣ ਅਸੀਂ ਸਭ ਤੋਂ ਪਹਿਲਾਂ ਪੰਚਾਇਤ ਘਰ ਬਣਾਉਣਾ ਤਾਂ ਕਿ ਉੱਥੇ ਸਾਰੇ ਜਿਹੜੇ ਮੋਹਤਵਾਰਾ ਪਿੰਡ ਦੇ ਆਣ ਕੇ ਬਹਿ ਸਕਣ ਬਹਿ ਕੇ ਗੱਲਬਾਤ ਕਰ ਸਕਣ ਠੀਕ ਹੈ ਸਰਦਾਰ ਜੀ ਵਧੀਆ ਵਧੀਆ ਚਲੋ ਜੀ ਹਾਂਜੀ ਬਾਕੀ ਸਾਹਿਬ ਤੁਸੀਂ ਦੱਸੋ ਕੁਝ ਵਧੀਆ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਬੜੀ ਜ਼ਿਆਦਾ ਖੁਸ਼ੀ ਸਾਨੂੰ ਪਾਪਾ ਜੀ ਪਾਪਾ ਜੀ ਤੁਸੀਂ ਦੱਸੋ ਕਿੰਨੀ ਕੁ ਖੁਸ਼ੀ ਆ ਫਿਰ ਹੁਣ ਤੁਸੀਂ 5 ਸਾਲਾਂ ਦੇ ਵਿੱਚ ਜਿਹੜੇ ਜਿਹੜੇ ਕੰਮ ਰਹਿੰਦੇ ਸਾਰੇ ਕਢਵਾਉਣੇ ਆ ਸਰਪੰਚ ਘਰ ਦੇ ਆ ਠੀਕ ਆ ਹਾਂਜੀ ਤੁਸੀਂ ਦੱਸ ਦਿਓ ਜੀ ਅਸੀਂ ਮਗਰ ਮਗਰ ਤੁਰਨਾ ਡੈਡੀ ਜੀ ਡੈਡੀ ਜੀ ਕੋ ਮਾਨ ਤੇ ਅੱਗੇ ਨਹੀਂ ਸੀ ਹੁਣ ਉਹਦਾ ਵੱਡਾ ਮਿਲ ਗਿਆ ਹੁਣ ਕੀ ਬਣੂਗਾ ਹਾਂ ਹੁਣ ਕੀ ਬਣੂ ਅਸੀਂ ਉਹਨਾਂ ਹੋਰ ਲਿਖ ਜਾਾਂਗੇ ਮਸਾ ਹੋਰ ਕੀ ਚਲੋ ਜੀ ਬਹੁਤ ਵਧੀਆ ਹੋ ਗਿਆ ਤੇ ਬਾਕੀ ਘਰ ਦਾ ਕੰਮ ਤੁਹਾਨੂੰ ਪਤਾ ਚੱਲ ਰਿਹਾ ਵਿੱਚ ਕੁਝ ਕਮੈਂਟ ਆ ਰਹੇ ਸੀ ਕਿ ਦੱਸੋ ਵਲੌਗ ਪਾ ਕੇ ਘਰ ਦਾ ਕਿੰਨਾ ਕੰਮ ਹੋ ਗਿਆ ਵਾ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਜਿਹੜਾ ਵਾ ਵਲੌਗ ਦਿਖਾਵਾਂਗੇ ਕਿੰਨਾ ਕੰਮ ਹੋ ਗਿਆ ਕੀ ਕੀ ਚੱਲ ਰਿਹਾ